सत श्री अकाल दोस्तों, मैं हरमन स्वागत करता हाँ तुहाडा सारिआं दा अमीत अकैडमी दे ऑफिशियल यूट्यूब चैनल ते। अज मैं तुहाडे लई बहुत ही वधिया एक रिक्रूटमेंट जॉब अपडेट लैके आया जो कि पंजाब सेहत विभाग दे विच जिहड़ी है डायरैक्ट भर्ती आउट कर दित्ती गई है जी। दोस्तों 2021 दी बहुत ही वड्डी भर्ती जिहड़ी है जी आउट कीती गई है। इस दे विच 18 तों लैके 37 साल ते अलग अलग वैकेंसीज़ दे लई होर भी उम्र तक दे कैंडिडेट जिहड़े ने एलीजिबल ने ते अपलाई कर सकदे ने। सो इस दे विच कोई भी तुहाडा पेपर नहीं होएगा, सारी जानकारी मैं तुहानूं इस वीडियो दे विच दस्सांगा। सो वीडियो नूं तुसी एंड तक पूरा जरूर देखना जी। फर्स्ट टाइम तुसी साडे चैनल ते आ रहे हो, चैनल नूं कर लवो सबसक्राइब ते नाल दी नाल बैल आइकन दबा दो। उहदे नाल हर एक रिक्रूटमेंट नोटिफिकेशन तुहानूं तुहाडे मोबाइल दे विच मिलदा रहेगा ते तुसी समां रहिंदे उहदे लई अप्लाई कर पाओगे। ते नाल दी नाल अगर हले तक तुसी साडी वैबसाइट नूं सबसक्राइब नहीं कीता है तां उहनूं वी जरूर नाल कर लवो। उहदे नाल सारे रिक्रूटमेंट नोटिफिकेशन ते जॉब अपडेट जिहड़े होणगे उह तुहाडी ईमेल बॉक्स दे विच तुहानूं मिल जाया करनगे। उहदे नाल तुसी सिंपली की करना, गूगल 'च जाके टाइप करना है जी glory.com। फर्स्ट नंबर ते तुहानूं साडी वैबसाइट मिल जाएगी, उत्थों तुसी सारे अपडेट जिहड़े ने जी ਲੈ ਸਕਦੇ ਹੋ। ਉਹਦੇ ਨਾਲ ਤੁਹਾਡੇ ਈਮੇਲ ਬਾਕਸ ਤੁਹਾਨੂੰ ਫ੍ਰੀ ਆਫ ਕੋਸਟ ਸਾਰੇ ਅਪਡੇਟ ਮਿਲ ਜਾਣਗੇ ਜਿਹਦੇ ਵਿੱਚ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਨਾਲ ਨਾਲ ਅਪਲਾਈ ਕਰਨ ਦਾ ਲਿੰਕ ਅਤੇ ਐਪਲੀਕੇਸ਼ਨ ਫਾਰਮ ਅਗਰ ਆਫਲਾਈਨ ਅਪਲਾਈ ਕਰਨਾ ਹੈ ਤਾਂ ਉਹ ਵੀ ਉੱਥੋਂ ਅਵੇਲੇਬਲ ਹੋਏਗਾ। ਸੋ ਤੁਸੀਂ ਜਲਦੀ ਨਾਲ ਜਾ ਕੇ ਜੀ ਇਹਦੇ ਲਈ ਸਾਡੇ ਚੈਨਲ ਅਤੇ ਸਾਡੀ ਵੈਬਸਾਈਟ ਦੋਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਵੱਲ। ਅਗਰ ਤੁਸੀਂ ਕਿਸੇ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਮਿਲ ਜਾਏਗਾ। ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ। ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਚਾਹੇ ਪੰਜਾਬ ਪੁਲਿਸ, ਪੰਜਾਬ ਪਟਵਾਰੀ, ਨੈਬ ਤਹਿਸੀਲਦਾਰ ਜਾਂ ਕਿਸੇ ਵੀ ਭਰਤੀ ਦੇ ਲਈ ਤਿਆਰੀ ਕਰ ਰਹੇ ਹੋ ਤੁਹਾਨੂੰ ਸਾਰੇ ਸਟੱਡੀ ਮਟੀਰੀਅਲ ਜਿਹੜੇ ਨੇ ਮਿਲ ਜਾਣਗੇ। ਸੋ ਜਲਦੀ ਨਾਲ ਜਾ ਕੇ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਲਵੋ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ 'ਤੇ ਅਤੇ ਉੱਥੇ ਜਾ ਕੇ ਦੱਸਦਾ ਕੀ ਡਿਟੇਲ ਜਿਹੜੀ ਇਹ 'ਚ ਮੰਗੀਆਂ ਗਈਆਂ ਨੇ। ਸਭ ਤੋਂ ਪਹਿਲੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਜੀ ਸੀਨੀਅਰ ਰੈਜ਼ੀਡੈਂਟ ਦੀ ਹੈ, ਜੋ ਕਿ ਰੈਜ਼ੀਡੈਂਟ ਦੇ ਅੰਡਰ ਸਕੀਮ ਦੇ ਅੰਡਰ 3 ਸਾਲ ਦੀ ਸਬਜੈਕਟ ਰਿਨਿਊਅਲ ਜਿਹੜੀ ਹੋਣਗੀਆਂ ਜਾਂ ਉਹਨੂੰ ਐਕਸਟੈਂਸ਼ਨ ਵੀ ਕੀਤਾ ਜਾ ਸਕਦਾ, ਉਹਦੇ ਅੰਡਰ ਜਿਹੜੀਆਂ ਵੈਕੈਂਸੀਜ਼ ਨੇ ਆਊਟ ਕੀਤੀਆਂ ਗਈਆਂ ਨੇ। ਇਹਦੇ ਵਿੱਚ ਡਿਪਾਰਟਮੈਂਟ ਐਨਐਸਥੀਸੀਆ ਦੇ ਵਿੱਚ ਵੈਕੈਂਸੀਆਂ 4 ਨੇ, ਕੈਜੂਅਲਟੀ ਦੇ ਵਿੱਚ 4 ਨੇ, ਜਨਰਲ ਮੈਡੀਸਿਨ ਦੇ ਵਿੱਚ 3, ਜਨਰਲ ਸਰਜਰੀ ਦੇ ਵਿੱਚ 3 ਨੇ, ਆਈਸੀਯੂ ਦੇ ਵਿੱਚ 3, ਉਸ ਤੋਂ ਬਾਅਦ ਗਾਇਨੀ ਦੇ ਵਿੱਚ 5, ਔਰਥੋਪੈਡਿਕਸ ਦੇ ਵਿੱਚ 3 ਹੈ ਜੀ। ਉਸ ਤੋਂ ਬਾਅਦ ਹੋਰ ਵੀ ਡਿਪਾਰਟਮੈਂਟ ਨੇ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਕਿ ENT ਅਤੇ ਹੋਰ ਕਈ ਡਿਪਾਰਟਮੈਂਟ, ਉਹਨਾਂ ਦੇ ਵਿੱਚ ਵੀ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸੋ ਇਸ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਅਗਰ ਕਿਹੜੇ ਵੀ ਐਲੀਜੀਬਲ ਕੈਂਡੀਡੇਟ ਹੋਣਗੇ, ਅਗਰ ਉਹ ਕੈਟਾਗਰੀ ਵਾਈਜ਼ ਮੈਂਸ਼ਨ ਜਿੱਦਾਂ ਕੀਤੇ ਹੋਏ, ਅਗਰ ਉਸ ਕੈਟਾਗਰੀ ਦੇ ਅਗੇਂਸਟ ਕੋਈ ਵੀ ਕੈਂਡੀਡੇਟ ਜਿਹੜਾ ਹੈ ਜੀ ਨਹੀਂ ਮਿਲਦਾ, ਸੋ ਦੂਜੀ ਕੈਟਾਗਰੀ ਨੂੰ ਵੀ ਇਹਦੇ ਵਿੱਚ ਕੰਸੀਡਰ ਕੀਤਾ ਜਾ ਸਕਦਾ, ਉਹ ਇੱਥੇ ਉਹਨਾਂ ਨੇ ਮੈਂਸ਼ਨ ਜਿਹੜਾ ਜੀ ਕੀਤਾ ਹੋਇਆ। ਨੈਕਸਟ ਅਗਰ ਪੋਸਟ ਦੀ ਅਸੀਂ ਗੱਲ ਕਰੀਏ, ਸੀਨੀਅਰ ਰੈਜ਼ੀਡੈਂਟ ਦੀ ਪੋਸਟ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਐਨਐਸਥੀਸੀਆ, ਜਨਰਲ ਸਰਜਰੀ, ਆਈਸੀਯੂ, ਠੀਕ ਹੈ ਜੀ, ਔਰਥੋਪੈਡਿਕਸ ਅਤੇ ਹੋਰ ਕਈ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਵਿੱਚ ਵੀ ਵੈਕੈਂਸੀ ਜਿਹੜੀਆਂ ਨੇ ਇਹ ਆਊਟ ਕੀਤੀਆਂ ਗਈਆਂ ਨੇ। ਇਹ ਸੀਨੀਅਰ ਰੈਜ਼ੀਡੈਂਟ ਦੀਆਂ ਪੋਸਟਾਂ ਨੇ, ਅੱਗੇ ਹੋਰ ਵੀ ਪੋਸਟ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿੱਦਾਂ ਕਿ ਅਗਲਾ ਜਿਹੜੀ ਪੋਸਟ ਆਊਟ ਕੀਤੀ ਗਈ ਫੁੱਲ ਟਾਈਮ ਅਤੇ ਪਾਰਟ ਟਾਈਮ ਸਪੈਸ਼ਲਿਸਟ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸੋ ਇਸ ਦੇ ਵਿੱਚ ਜਿਹੜੀ ਇੱਕ ਪੋਸਟ ਉਹ ਰਿਜ਼ਰਵਡ ਹੈ ਜਿਹੜੇ ਕਿ ਡਿਸੇਬਿਲਿਟੀ ਵਾਲੇ ਕੈਂਡੀਡੇਟਸ ਹੋਣਗੇ, ਜੋ ਕਿ ਐਸ ਪਰ ਸੈਂਟਰ ਗਵਰਨਮੈਂਟ ਰੂਲ ਜਿਹੜੀ ਹੈ ਰੱਖੀ ਗਈ ਹੈ। ਇਸ ਦੇ ਵਿੱਚ ਐਨਸਥੀਸੀਆ ਦੇ ਵਿੱਚ 2 ਪੋਸਟਾਂ ਨੇ, ਪੈਥੋਲੋਜੀ ਦੇ ਵਿੱਚ ਵੀ 1 ਪੋਸਟ ਹੈ, ਬਾਇਓਕੈਮਿਸਟਰੀ ਦੇ ਵਿੱਚ 1 ਹੈ, ਠੀਕ ਹੈ ਜੀ, ਰੇਡੀਓਲੋਜੀ ਦੇ ਵਿੱਚ 1 ਹੈ, ਮਾਈਕਰੋਬਾਇਓਲੋਜੀ ਦੇ ਵਿੱਚ 1 ਪੋਸਟ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜਾ ਟਰਨਿਊਰ ਹੋਏਗਾ ਫੁੱਲ ਟਾਈਮ ਸਪੈਸ਼ਲਿਸਟ ਦਾ ਕੰਟਰੈਕਟ ਬੇਸਿਸ 'ਤੇ 3 ਸਾਲ ਦਾ ਹੋਏਗਾ, ਜੋ ਕਿ ਐਨੂਅਲ ਬੇਸਿਸ 'ਤੇ ਇਵੈਲੂਏਸ਼ਨ ਕੀਤੀ ਜਾਏਗੀ, ਔਰ ਉਸ ਦੇ ਬੇਸਿਸ 'ਤੇ ਹਰ ਸਾਲ ਜਿਹੜੀ ਹੈ ਤੁਹਾਡੀ ਰਿਨਿਊਅਲ ਜਿਹੜੀ ਹੈ ਜੀ ਉਹ ਹੋਏਗੀ, ਅਗਰ ਤੁਹਾਡੀ ਸੈਟਿਸਫੈਕਟਰੀ ਪਰਫਾਰਮੈਂਸ ਰਹਿੰਦੀ ਹੈ ਤਾਂ। ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਪਾਰਟ ਟਾਈਮ ਸਪੈਸ਼ਲਿਸਟ ਦੀ ਪੋਸਟ ਵੀ ਰੱਖੀਆਂ ਹੋਈਆਂ ਨੇ, ਜੋ ਕਿ ਕਾਰਡੀਓਲੋਜੀ ਦੇ ਵਿੱਚ 1 ਪੋਸਟ ਆਊਟ ਕੀਤੀ ਗਈ ਹੈ। ਹੋਮਿਓਪੈਥੀ ਫਿਜ਼ੀਸ਼ੀਅਨ ਦੀਆਂ ਜਿਹੜੀਆਂ ਨੇ ਕੰਟਰੈਕਟ ਬੇਸਿਸ 'ਤੇ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀ ਗਈ ਹੈ, ਜਿਹੜੀ ਕਿ 1 ਵੈਕੈਂਸੀ ਹੈ ਜੋ ਕਿ ਤੁਸੀਂ ਦੇਖ ਹੀ ਪਾ ਰਹੇ ਹੋ, ਹੋਮਿਓਪੈਥੀ ਫਿਜ਼ੀਸ਼ੀਅਨ ਦੇ ਵਿੱਚ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਵੀ ਇਹ 1 ਸਾਲ ਦੇ ਹੋਏਗਾ, ਜੋ ਕਿ ਰੈਗੂਲਰ ਹੋਏਗੀ, ਉਸ ਤੋਂ ਬਾਅਦ ਅਗਰ ਕੋਈ ਜੁਆਇਨ ਕਰਦਾ ਹੈ ਤਾਂ ਉਸ ਬੇਸਿਸ 'ਤੇ ਇਹ ਰਹੇਗੀ। ਇਸ ਦੇ ਵਿੱਚ ਕੁਆਲੀਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ, ਐਸੈਂਸ਼ੀਅਲ ਕੁਆਲੀਫਿਕੇਸ਼ਨ ਜਿਹੜੀ ਮੰਗੀ ਗਈ ਹੈ ਸੀਨੀਅਰ ਰੈਜ਼ੀਡੈਂਟ ਜਿਹੜੀ ਰੈਜ਼ੀਡੈਂਸੀ ਸਕੀਮ ਦੇ ਅੰਡਰ ਆਊਟ ਹੋਈ ਹੈ, ਇਸ ਦੇ ਵਿੱਚ ਅਗਰ ਤੁਹਾਡੀ PG ਡਿਗਰੀ ਹੈ ਜਾਂ PG ਡਿਪਲੋਮਾ ਹੈ ਕੰਸਰਨ ਸਪੈਸ਼ਲਿਸਟ ਦੇ ਵਿੱਚ ਰੈਗੋਗਨਾਈਜ਼ ਯੂਨੀਵਰਸਿਟੀ, ਤਾਂ ਰਜਿਸਟਰਡ ਹੋ ਤੁਸੀਂ ਮੈਡੀਕਲ ਕੌਂਸਲ ਦੇ ਨਾਲ, ਜੋ ਕਿ ਇੰਡੀਅਨ ਔਰ ਸਟੇਟ ਮੈਡੀਕਲ ਕੌਂਸਲ ਦੇ ਅੰਡਰ, ਤਾਂ ਤੁਸੀਂ ਇਹਦੇ ਵਿੱਚ ਜਿਹੜੇ ਜੀ ਅਪਲਾਈ ਕਰ ਸਕਦੇ ਹੋ। ਜਿਹੜੇ ਕੈਂਡੀਡੇਟ ਨੇ ਆਲਰੇਡੀ 3 ਸਾਲ ਐਜ਼ ਅ ਸੀਨੀਅਰ ਰੈਜ਼ੀਡੈਂਟ ਜਿਹੜੇ, ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਜਿਹੜੀ ਹੈਗੀ ਆ ਉਹ ਸੀਨੀਅਰ ਰੈਜ਼ੀਡੈਂਟ ਦੇ ਅੰਦਰ ਹੀ ਅਪਲਾਈ ਕਰਨਗੇ। ਨੈਕਸਟ ਪੋਸਟ ਜਿਹੜੀ ਹੈ ਸੀਨੀਅਰ ਰੈਜ਼ੀਡੈਂਟ ਦੀ ਜਿਹੜੀ ਕੰਟਰੈਕਟ ਬੇਸਿਸ 'ਤੇ, ਉਹਦੇ ਵਿੱਚ ਜਿਨ੍ਹਾਂ ਨੇ PG ਡਿਗਰੀ ਜਾਂ PG ਡਿਪਲੋਮਾ ਕੰਸਰਨ ਸਪੈਸ਼ਲਿਟੀ ਦੇ ਵਿੱਚ ਕੀਤਾ ਹੋਇਆ ਰੈਕੋਗਨਾਈਜ਼ ਯੂਨੀਵਰਸਿਟੀ ਤੋਂ, ਰਜਿਸਟਰਡ ਨੇ ਮੈਡੀਕਲ ਕੌਂਸਲ ਦੇ ਨਾਲ, ਜੋ ਕਿ ਇੰਡੀਆ ਅਤੇ ਸਟੇਟ ਮੈਡੀਕਲ ਕੌਂਸਲ ਦੇ ਵਿੱਚ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਨੈਕਸਟ ਜਿਹੜੇ ਫੁੱਲ ਟਾਈਮ ਅਤੇ ਪਾਰਟ ਟਾਈਮ ਸਪੈਸ਼ਲਿਸਟ ਨੇ, ਅਗਰ ਉਹਨਾਂ ਨੇ PG ਡਿਗਰੀ, PG ਡਿਪਲੋਮਾ 3 ਸਾਲ ਦਾ ਜਾਂ 5 ਸਾਲ ਦਾ ਕੀਤਾ, 5 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਉਹਨਾਂ ਕੋਲ, ਕੰਸਰਨ
लर्न स्पैशलिटी दे विच तां ओह इहदे लई अप्लाई कर सकदे ने। और जिहड़े कैंडीडेट ने ओह अगर मैडिकल कौंसल इंडिया स्टेट मैडिकल कौंसल दे रजिस्टर्ड ने तां उहनां नूं जिहड़ी पहल दित्ती जाएगी। नैक्सट जिहड़ी पोस्ट है जी पोस्ट ग्रैजुएशन पार्ट टाइम सुपर स्पैशलिस्ट की है जो पोस्ट ग्रैजुएशन क्वालिफिकेशन हैगी है जी कंसलर स्पैशलिस्ट के तो ये अगर अप्लाई कर सकते हैं तो रजिस्टर्ड ने वो जो मैडिकल कौंसल ऑफ इंडिया या स्टेट मैडिकल कौंसल के ना तो ये जो ने अप्लाई कर सकते हैं। उस दे विच नैक्सट अगर गल करिए होम्योपैथी फिजिशियन की जिन्हें डिग्री की हुई है होम्योपैथी दे विच या रेकोगनाइज्ड हो जिहड़ा कि यूनिवर्सिटी या किसी भी ऐसी स्टेट बोर्ड या कौंसल वालों तो ये अप्लाई कर सकते हैं। उस तो बाद नैक्सट उन्होंने इनरोल होना जरूरी होएगा जो कि सेंट्रल रजिस्टर होम्योपैथी दे विच या स्टेट रजिस्ट्री ऑफ होम्योपैथी दे विच रजिस्टर्ड जरूरी है ताही उहदे विच अप्लाई कर सकते हैं। और जिन्होंने पंजाबी सब्जेक्ट नाल मिलन स्टैंडर्ड पास किया होया सिर्फ उही कैंडिडेट इस पोस्ट के लिए अप्लाई कर पाएंगे। एज की अगर असी गल करते हैं सीनियर रेजिडेंट की जिहड़ियां ने वो 37 साल तक की ही कैंडिडेट ने तो एज रिलैक्सेशन एज पर गवर्नमेंट नॉर्म तुहानू दित्ती जाएगी। और जिहड़े फुल टाइम ते पार्ट टाइम स्पैशलिस्ट दे अप्लाई कर सकते हैं उन्होंने 64 साल तक की जिहड़ी है जी अप्लाई कर सकते हैं तो एज रिलैक्सेशन एज पर गवर्नमेंट नॉर्म दी जाएगी। तो बाकी अगर होर पोस्टा की गल करिए होम्योपैथी फिजिशियन की 30 साल तक के कैंडिडेट जिहड़े ने इहदे लई एलिजिबल ने तो एज रिलैक्सेशन भी एज पर गवर्नमेंट नॉर्म दी जाएगी। और इस दे विच जिहड़ा है जी तुहानू पे अते अलाउंस एज पर रूल जिहड़ा है जी वो दिता जाएगा जो कि ESIC हैडक्वार्टर ऑफिस के ऑर्डर के टाइम टू टाइम दिते जाते हैं। सो ये वैकेंसी जिहड़ियां ने जी तुसीं देख ही पा रहे हो जो इंपलॉय स्टेट इंश्योरेंस कारपोरेशन वालों आउट की गई ने जो कि ESI मॉडल हॉस्पिटल भारत नगर लुधियाना वालों आउट की गई ने। यह वैकेंसी सारिया जी उत्थे ही आउट की गई ने। सो इस लिए वैकेंसी जिहड़ियां ने इनक्रीज या डिक्रीज की जा सकदियां ने। सारे ही कैंडिडेट जिहड़े ने अपनी एसेंशियल क्वालिफिकेशन जिहड़ियां ने डॉक्यूमेंट जिहड़े ने नाल तुसीं लैके आओगे जो कि इंटरव्यू दे थ्रू तुहाडी सिलेक्शन होनी है उत्थे तुहाडी इंटरव्यू होएगी। और इंटरव्यू नूं जिहड़े जी ओनली कैंडिडेट जिहड़े अपीयर हो रहे इंटरव्यू दे विच सिर्फ उन्हां नूं ही अलॉक किया जाएगा एंटर करन कोई होर अदर परसन जिहड़ा है जी कैंडिडेट अपने नाल नहीं लैके आ सकते उन्होंने मैनशन किया होया। और एक थर्मल स्कैनिंग जी है जी वो थ्रू गो थ्रू तो होना पेगा। और कैंडिडेट जिहड़े फीवर ने या सिमटम ने COVID-19 के उन्होंने अलाउ नहीं किया जाएगा कि एडमिनिस्ट्रेटिव रीजन के करके। सो इस तो बाद मैंडेटरी है सारे कैंडिडेट ने N95 मास्क जिहड़े मास्क ने वो पा के ही आना है ताही तुहानू जिहड़ी परमिशन दी जाएगी। सोशल डिस्टेंसिंग का भी ध्यान रखना है। तो ये जी थोड़ी इंटरव्यू होएगी वो उन्होंने वेन्यू जिहड़ा दिता होया है जी 2nd floor MS ऑफिस ESIC मॉडल हॉस्पिटल लुधियाना। रिपोर्टिंग टाइम जिहड़ा जी 9 बजे तो लैके 10 बजे तक ही होएगा। इस तो बाद किसी भी कैंडिडेट को अलाउ नहीं किया जाएगा। सो इस किसी तरह का TA या DA किसी भी कैंडिडेट को इंटरव्यू के लिए नहीं दिता जा रहा है जी। सो ये पोस्टा जी जिदा मैं तुम्हें दसा जी वॉक इन इंटरव्यू ने जो कि 24/8/2021 होएगा। सो ये जी कॉन्ट्रैक्ट बेसिस पार्ट टाइम वैकेंसीज ने वो सारे ही कैंडिडेट एलिजिबल ने अपलाई कर सकते हैं जिड कैंडिडेट एलिजिबल ने। अगर तुम एलिजिबल नहीं हो तो इस वीडियो में अपने दोस्तों के नाल जरूर शेयर कर दियो जी जे एलिजिबल होंगे तो अपलाई करके अपना लाह लै सकन। सो मैं थोड़े लिए इस तरह नवे नवे अपडेट लैके आता ही रहूँगा। सो मिलेंगे जी अगली वीडियो के नवी जानकारी के नाल। तद तक के लिए धन्यवाद जी।